ਸ਼ੁਭਕਾਮਨਾਵਾਂ ਓਮ ਸ਼ਾਂਤੀ ਦਿਨਾਲੇ ਸਤਿ ਸ੍ਰੀ ਅਕਾਲ ਸਤਗੁਰੂ ਕਰਤਾ ਪ੍ਰਖਿ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਬਿੱਤੂ ਪਿਛਲੀ ਕੁਝ ਕੜੀਆਂ ਚੋਂ ਅਸੀਂ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਵਰਗੂ ਲੈ ਕੇ ਆਏ تھے ਕੁਝ ਤੁਸੀਂ ਵੀ ਸਾਡੇ ਈਮੇਲ ਔਰ ਵਟਸਐਪ ਚੋਂ ਤੁਸੀਂ ਕੁਝ ਪ੍ਰਸ਼ਨ ਭੇਜੇ ਥੇ ਜੀ ਦਾ ਉੱਤਰ ਦੇਣੇ ਵਾਸਤੇ ਸਾਡੇ ਨਿਰਵੈਰ ਪਾਈ ਸਾਹਿਬ ਹਮੇਸ਼ਾ ਸਾਡੇ ਇਸ ਕਾਰਜਕ੍ਰਮ ਚ ਹਾਜ਼ਰ ਰਹਿੰਦੇ ਆਂ ਅੱਜ ਅਸੀਂ ਗੱਲ ਕਰੂੰਗੀ ਐਵਰੀਡੀ ਤੇ اچانک ਕੀ ਹੈ ਸ਼ਬਦ ਐਵਰੀਡੇ ਆਈਏ ਸਤਿਗੁਰੂ ਕਰਤਾ ਪ੍ਰਖਸ਼ਾਸੀ ਆਪਣੇ ਪ੍ਰਤਾ ਨਿਰਵੇਰ ਪਾਈ ਸਾਹਿਬ ਦਾ ਸਵਾਗਤ ਕਰਦੇ ਆ ਸਤਿਗੁਰੂ ਕਰਤਾ ਪ੍ਰਖਸ਼ਾ ਤੁਹਾਡਾ ਬਹੁਤ ਬਹੁਤ ਸਵਾਗਤ ਆ ਪਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਓਮ ਸ਼ਾਂਤੀ ਸੁਣ ਵਾਲੇ ਸਾਰੇ ਭਾਈ ਭੈਣਾਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰੀਆ ਹਾਂਜੀ ਭਾਈ ਸਾਹਿਬ ਬਾਬਾ ਹਮੇਸ਼ਾ ਮੁਰਲੀ ਚ ਕਹਿੰਦੇ ਐਵਰ ਰੈਡੀ ਤੇ ਅਚਾਨਕ ਸਾਡਾ ਪ੍ਰਸ਼ਨ ਇਹ ਉੱਠਦਾ ਅੱਜ ਕਿ ਸਿਵਾਵਾ ਸਦਾ ਐਵਰ ਰੈਡੀ ਰਹਿਣੇ ਨੂੰ ਕਹਿੰਦੇ ਤੇ ਐਵਰ ਰੈਡੀ ਦੇ ਐਵਰ ਰੈਡੀ ਦਾ ਬਾਬਾ ਬੋਲਦੇ ਭਾਵਾਰਥ ਕੀ ਹੈ ਐਵਰ ਰੈਡੀ ਕੀ ਹੈ ਅੰਗਰੇਜ਼ੀ ਸ਼ਬਦ ਹੈ ਐਵਰ ਰੈਡੀ ਜੀ ਸਦਾ ਤਿਆਰ ਸਦਾ ਤਿਆਰ ਹਮ ਹੁਣ ਅਧਿਕਤਰ ਸਾਡੇ ਭਾਈ ਭੈਣ ਜਿਹੜੇ ਹਨ ਜੀ ਉਹਨਾਂ ਦੇ ਦਿਮਾਗ 'ਚ ਇੱਕ ਹੀ ਗੱਲ ਆਉਂਦੀ ਹੈ ਐਵ ਰੈਡੀ ਐਵ ਰੈਡੀ ਦਾ ਮਤਲਬ ਉਹਨਾਂ ਨੂੰ ਇੱਕ ਹੀ ਦਿਮਾਗ 'ਚ ਹੁੰਦਾ ਈ ਸਰੀਰ ਛੱਡਣ ਦੇ ਬਾਰੇ 'ਚ ਜੀ ਅਸਲ ਵਿੱਚ ਅਗਰ ਮੈਂ ਆਪਣੇ ਅਨੁਭਵ ਨੂੰ ਦੇਖ ਰਹੀ ਜਿਹੜੇ ਅਸੀਂ ਬਾਈ ਚਾਹ ਸਾਨੂੰ ਮੌਕਾ ਮਿਲਿਆ ਬੜਾ ਸੌਭਾਗੇ ਸੀ ਕਿ 10 ਸਾਲ ਸਾਕਾਰ ਬਾਬਾ ਦੇ ਨਾਲ ਬਿਤਾਏ ਸੀ ਜੀ ਬ੍ਰਹਮਾ ਬਾਬਾ ਦੇ ਨਾਲ 1959 ਤੋਂ 1969 ਤੱਕ ਹੂੰ ਹੁਣ ਉਸ ਵੇਲੇ ਬਾਬਾ ਐਵ ਰੈਡੀ ਕਿਹਨੂੰ ਕਹਿੰਦੇ ਸੀ ਜੀ ਐਵਰੀਡੀ ਸਾਨੂੰ ਬਾਬਾ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਤੁਸੀਂ ਜਨ ਜਨ ਦੀ ਸੇਵਾ ਕਰਨ ਵਾਸਤੇ ਸਦਾ ਤਿਆਰ ਰਹੋ। ਅੱਛਾ। ਜਿਸ ਤਰ੍ਹਾਂ ਤੁਸੀਂ ਭੈਣਾ ਸੈਂਟਰ ਸੰਭਾਲ ਦਿਆਂ। ਤੇ ਸੈਂਟਰ ਤੇ ਰਹਿਣ ਵਾਲੇ ਭੈਣਾ ਦੇ ਵਾਸਤੇ ਐਵਰ ਰੈਡੀ ਰੈਂਡਾ ਮਤਲਬ ਹੈ ਕਿ ਸੈਂਟਰ ਤੇ ਜਦੋਂ ਵੀ ਕੋਈ ਜਿਗਿਆਸੂ ਆਉਂਦਾ ਹੀ ਦਰਵਾਜ਼ੇ ਦੀ ਘੰਟੀ ਵਜਾਏਗਾ ਠਕ ਠਕ ਕਰੇਗਾ ਤੇ ਉਸ ਵੇਲੇ ਉਹਨੂੰ ਵੈਲਕਮ ਕਰਨਾ ਜੀ ਏ ਨਹੀਂ ਸੋਚਣਾ ਕਿ ਕਿਹੜਾ ਟਾਈਮ ਹੈ ਇਸ ਵੇਲੇ ਕਿਸ ਤਰ੍ਹਾਂ ਆ ਗਏ ਇਸ ਤਰ੍ਹਾਂ ਨਹੀਂ ਵੀ ਆਰ ਆਲਵੇਜ਼ ਆਨ ਡਿਊਟੀ ਐਵਰ ਰੈਡੀ ਦਾ ਮਤਲਬ 바ਵਾ ਦਾ ਕਿ ਤੁਸੀਂ ਈਸ਼ਵਰੀ ਸੇਵਾ ਚ ਸਦਾ ਹੀ ਰੈਡੀ ਹੈਗੇ ਹੋ ਹਮ ਉਹਦੇ ਚ ਹੋਰ ਕਈ ਗੱਲਾਂ ਅਨੁਭਵ ਦੀਆਂ ਆਉਂਦੀਆਂ ਹੀ 바ਵਾ ਪ੍ਰੈਕਟੀਕਲ ਸਾਡਾ ਟੈਸਟ ਵੀ ਤੇ ਲੈਂਦੇ ਸੀ ਉਹ ਕਿਦਾਂ ਕਦੀ ਕਿਸੇ ਜਗ੍ਹਾ ਤੋਂ ਨਿਮੰਤਰਣ ਆਇਆ ਅੱਛਾ ਅਸੀਂ ਗਏ ਬਾਬਾ ਨੂੰ ਮਿਲਣ ਵਾਸਤੇ ਸਮਝੋ ਮਾਊਂਟ ਆਬੂ ਔਰ ਬਾਬਾ ਨੂੰ ਇਹ ਖਿਆਲ ਆਉਂਦਾ ਏ ਕਿ ਬੱਚੀ ਆ ਇਹ ਬੱਚਾ ਅਗਰ ਇਹ ਇਸ ਇਸ ਨਿਮੰਤਰਣ ਤੇ ਉੱਥੇ ਜਾਏ ਤੇ ਬਹੁਤ ਸੇਵਾ ਹੋ ਜਾਏਗੀ। ਹੂੰ। ਤੇ ਬਾਬਾ ਉਹ ਸਿੱਧਣੀ ਭੇਜਣ ਵਾਸਤੇ ਇਸ਼ਾਰਾ ਦੇਗਾ। ਤੇ ਜੇ ਕੋਈ ਐਵਰ ਰੈਡੀ ਹੋਏਗਾ। ਯਾ ਭੈਣ ਕੋਈ ਐਵਰ ਰੈਡੀ ਜਿਹਨੂੰ ਇਹ ਅੰਦਰ ਪੱਕਾ ਨਿਸ਼ਚੈ ਹੈ ਕਿ ਮੈਨੂੰ ਕੌਣ ਇਹ ਇਸ਼ਾਰਾ ਦੇ ਰਿਹਾ। ਸਵੈਮ ਬ੍ਰਹਮਾ ਬਾਬਾ ਔਰ ਉਹਨਾਂ ਦੇ ਜ਼ਰੀਏ ਸ਼ਿਵ ਬਾਬਾ ਉਹ ਇਸ਼ਾਰਾ ਦੇ ਰਹੇ ਨੇ ਤੇ ਉਸ ਵੇਲੇ ਹਾਂਜੀ ਜੀ ਬਾਬਾ ਹਾਂਜੀ ਜੋ ਆ ਗਿਆ ਕੋਈ ਕੁਐਸਚਨ ਨਹੀਂ ਕੋਈ ਦੂਸਰੀ ਐਕਸਪਲੇਨੇਸ਼ਨ ਨਹੀਂ ਕੋਈ ਬਹਾਨਾ ਨਹੀਂ ਅੱਛਾ ਜੀ ਫਟ 30 ਯਾਰ ਔਰ ਇਹੋ ਜਿਹੀ ਅਸੀਂ ਅਨੁਭਵ ਕੀਤੇ ਹਾਂ ਬਾਬਾ ਅਸੀਂ ਪਹੁੰਚਾਂਗੇ ਆਓ ਬੱਚੇ ਬੜੇ ਪਿਆਰ ਨਾਲ ਗਲੇ ਲਗਾ ਕੇ ਪ੍ਰਸਾਦ ਖਿਲਾਉਣਗੇ ਟੋਲੀ ਖਿਲਾਉਣਗੇ ਆਪਣੇ ਨਾਲ ਭੋਜਨ ਕਰਾਉਣਗੇ ਔਰ ਫਿਰ ਕਹਿਣਗੇ ਬੱਚੇ ਬਾਬਾ ਦਾ ਇਹ ਵਿਚਾਰ ਚੱਲ ਰਹੀ ਫਲਾਨੀ ਜਗ੍ਹਾ ਤੁਸੀਂ ਜਾ ਕਰਕੇ ਐਗਜ਼ੀਬਿਸ਼ਨ ਕਰੋ ਤੇ ਅਹੀਂ ਤਾਂ ਸੋਚ ਕੇ ਉਹਨੇ ਵੀ ਹੁਣ ਆਏ ਬਾਬਾ ਕੋਲ ਤੇ ਪੰਜ ਸੱਤ ਦਿਨ ਤੇ ਰਹਿ ਕੇ ਜਾਵਾਂਗੇ ਜੀ ਬਾਬਾ ਉਸੇ ਦਿਨੀ ਉਸੇ ਦਿਨੀ ਟ੍ਰੇਨ ਚ ਰਾਤ ਦੀ ਗੱਡੀ ਚ ਬਿਠਾ ਕੇ ਭੇਜ ਦੇਗਾ ਉਹ ਸੇਵਾ ਖਾਤਰ ਜਾਂ ਫਿਰ एवर रेडी लेकिन फिर एवर रेडी ਦਾ ਫਾਇਦਾ ਇਹ ਸੀ ਕਿ 바בא ਨੂੰ ਇੱਕ ਵਿਸ਼ਵਾਸ ਬੈਠ ਗਿਆ ਕਿ ਇਹ ਬੱਚੇ ਐਵਰ ਰੈਡੀ ਹੈਗੇ ਅੱਛੇ ਤੋਂ ਅੱਛੀ ਸੇਵਾ ਵਾਸਤੇ ਉਹਨਾਂ ਨੂੰ ਇਸ਼ਾਰਾ ਦਿੰਦੇ ਸੀ ਜਿਸ ਤਰ੍ਹਾਂ ਪ੍ਰਕਾਸ਼ ਮਣੀ ਦਾਦੀ ਅੱਛਾ ਭਰਾਤਾ ਜਗਦੀਸ਼ ਚੰਦਰ ਔਰ ਦੂਸਰੇ ਵੀ ਆਪਣੇ ਜੋ ਵੀ ਭਾਈ ਭੈਣ ਖਾਸ ਕਰ ਸਾਡੇ ਜਿਹੜੇ ਇਹੋ ਜਿਹੇ ਬਾਬਾ ਦੇ ਬੱਚੇ ਓਮ ਪ੍ਰਕਾਸ਼ ਭਾਈ ਮਹਿੰਦਰ ਭਾਈ ਔਰ ਦੂਸਰੀ ਵੀ ਦਾਦੀਆਂ ਇਹ मतलब ਕਦੀ ਇਹ ਨਹੀਂ ਕਹਿਣਗੇ ਕਿ ਬਾਬਾ ابھی ਤੋਂ ਮੈਂ ਆਈ ਹੂੰ ਅਭੀ ਤੋਂ ਮੈਂ ਆਇਆ ਹੁਣੇ ਇੱਕ ਦੋ ਘੰਟੇ ਵਾਸਤੇ ਵੀ ਅਗਰ 바ਵਾ ਦੇ ਕੋਲ ਆਏ 바ਵਾ ਬੜੇ ਪਿਆਰ ਨਾਲ ਆਪਣੇ ਨਾਲ ਨਾਸ਼ਤਾ ਕਰਾਉਣਗੇ ਦਿਨ ਦਾ ਭੋਜਨ ਕਰਾਉਣਗੇ ਮਿਠਾਈ ਖਿਲਾਉਣਗੇ ਗੱਲਾਂ ਕਰਨਗੇ ਅਨੁਭਵ ਸੁਣਨਗੇ ਔਰ ਫਿਰ ਦ੍ਰਿਸ਼ਟੀ ਦੇ ਕਰਕੇ ਉਹ ਸ਼ਕਤੀ ਪਰ ਦੇਣਗੇ ਔਰ ਫਿਰ ਇਸ਼ਾਰਾ ਦੇਣਗੇ ਬਸ ਐਵਰ ਰੈਡੀ ਤੇ ਅਸੀਂ ਤੇ ਇਸ ਚੀਜ਼ ਨੂੰ ਐਵਰ ਰੈਡੀ ਕਹਿੰਦੇ ਆ ਹੁਣ ਅੱਜ ਕੱਲ ਲੋਕ ਐਕਸਟ੍ਰੀਮ ਚ ਸੋਚਦੇ ਐਵਰ ਰੈਡੀ ਮਨਾ ਹੁਣ ਕਰੋਨਾ ਵਾਇਰਸ ਹੈ ਇਸ ਕਰਕੇ ਪਤਾ ਨਹੀਂ ਕਦੀ ਵੀ ਚਲਾ ਜਾਣਾ ਪੈ ਜਾ ਉਹਦੇ ਵਾਸਤੇ ਸੋਚ ਰਹੇ ਨੇ ਐਸ ਤਰ੍ਹਾਂ ਨਹੀਂ ਈਸ਼ਵਰੀ ਸੇਵਾ ਚ ਜੋ ਆਪਣੇ ਆਪ ਨੂੰ ਜਿਨ੍ਹਾਂ ਨੇ ਸਮਰਪਿਤ ਕੀਤਾ ਈ ਭਾਵੇਂ ਉਹ ਸੈਂਟਰ ਤੇ ਰਹਿੰਦੇ ਆ ਭਾਵੇਂ ਉਹ ਆਪਣੇ ਘਰ ਚ ਰਹਿੰਦੇ ਆ ਉਹ ਕਿਤੇ ਵੀ ਹੋਣ ਹੂੰ 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 ਲੇਕਿਨ ਅਗਰ ਉਹਨਾਂ ਨੂੰ ਇਸ਼ਾਰਾ ਮਿਲਦਾ ਈ ਇਧਰ ਐਗਜ਼ੀਬਿਸ਼ਨ ਹੈ ਜਾਂ ਇਧਰ ਪ੍ਰੋਗਰਾਮ ਹੈ ਜਾਂ ਇਧਰ ਕੋਈ ਕਲਾਸ ਕਰਾਉਣੀ ਹੈ ਤੇ ਫਟ ਹਾਂਜੀ ਜੀ ਹਾਂਜੀ ਜੀ ਹਾਂਜੀ ਐਕਸਟਰਾ ਜਿਹੜੇ ਆਪਣੇ ਆਪ ਨੂੰ ਐਵ ਰੈਡੀ ਰੱਖਦੇ ਆ ਉਹਨਾਂ ਨੂੰ ਕਿਹਾ ਜਾਂਦਾ ਐਵ ਰੈਡੀ ਉਹਦਾ 바ਵਾ ਮਿਸਾਲ ਦਿੰਦੇ ਸੀ ਕਿ ਜਿਸ ਤਰ੍ਹਾਂ ਦੇਖੋ ਆਰਮਡ ਫੋਰਸਿਸ ਹੈਗੀਆਂ ਤੇ ਉਹ ਸਦਾ ਆਪਣੇ ਆਪ ਨੂੰ ਤਿਆਰ ਰੱਖਦੇ ਆ ਡਿਊਟੀ ਡਿਊਟੀ ਤੇ ਜਦੋਂ ਹੁੰਦੇ ਪਰ ਆਫ ਡਿਊਟੀ ਵੀ ਆਪਣੇ ਆਪ ਨੂੰ ਤਿਆਰ ਤਿਆਰ ਰੱਖਦੇ ਨੇ ਤੇ ਇਸ ਕਰਕੇ ਬਾਬਾ ਨੇ ਦੇਖੋ ਸਾਨੂੰ ਟਾਈਟਲ ਕੀ ਦਿੱਤਿਆ ਹੋਇਆ ਈ ਸ਼ਿਵ ਸ਼ਕਤੀ ਪਾਂਡਵ ਸੇਨਾ ਅਜੀ ਸੇਨਾ ਚ ਹੈ ਗਿਆ ਤੇ ਸੇਨਾ ਚ ਫਿਰ ਬਾਬਾ ਕਹਿੰਦਾ ਸੀ ਭਾਵੇਂ ਕੋਈ ਸੀਨੀਅਰ ਹੈਗੇ ਭਾਵੇਂ ਕੋਈ ਜੂਨੀਅਰ ਹੈਗੇ ਲੇਕਿਨ ਸੇਨਾ ਚ ਸਭ ਐਵਰ ਰੈਡੀ ਰਹਿੰਦੇ ਔਰੇ ਦੇ ਵਾਸਤੇ ਮੈਂ ਆਪਣੇ ਜੋ ਲੈਕਚਰ ਹਿੰਦੀ ਚ ਦਿੱਤੇ ਨੇ ਦਿੰਦਾਰ ਨਹੀਂ ਆਪਣੇ ਟੀਵੀ ਵਾਸਤੇ ਜੀ ਜੀ ਉਹਦੇ ਚ ਮੈਂ ਇੱਕ ਆਪਣੇ ਲੋਕਿਕ ਜੀਵਨ ਦੀ ਇੱਕ ਗੱਲ ਸੁਣਾਈ ਸੀ ਹੂੰ 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 ਸਾਡਾ ਇੱਕ ਨੇਵੀ ਦਾ ਚੀਫ ਆਫ ਨੇਵਲ ਸਟਾਫ ਸੀ ਅਰਮਿਰਲ ਕਾਰਲਿਲ ਗੁਸਤਨਾਸੀ ਉਹ ਲਾਸਟ ਬ੍ਰਿਟਿਸ਼ ਸੀਐਨਸੀਸੀ ਸਾਡੇ ਨੇਵੀ ਦਾ ਅੱਛਾ ਤੇ ਉਹ ਜਦੋਂ ਛੁੱਟੀ ਲੈਣ ਵਾਸਤੇ ਸਾਡੇ ਇਸਟੈਬਲਿਸ਼ਮੈਂਟ ਚ ਆਇਆ ਸੀ ਜਾਮਨਗਰ ਤੇ ਉਸ ਵੇਲੇ ਉਹਨਾਂ ਦੀ ਸਪੀਚ ਜਿਹੜੀ ਸੀ ਉਸ ਸਪੀਚ ਚ ਮੈਨੂੰ ਦੋ ਦੋ ਲਾਈਨਾਂ ਅਜੇ ਤਾਈਂ ਯਾਦ ਹੈ ਬਹੁਤ ਪਿਆਰ ਨਾਲ ਉਹਨੇ ਪਹਿਲੇ ਤੇ ਸਭ ਦੀ ਬੜੀ ਤਾਰੀਫ ਕੀਤੀ ਕਿ ਸਾਡੀ ਸਾਨੂੰ ਬੜਾ ਫਖਰ ਹੈ ਨੇਵੀ ਦੇ ਜੋ ਵੀ ਆਫੀਸਰਸ اور ਜਵਾਨ ਸਦਾ ਆਪਣੀ ਡਿਊਟੀ ਦਾ ਬੜਾ ਧਿਆਨ ਰੱਖਦੇ ਨੇ ਸਦਾ ਰੈਡੀ ਰਹਿੰਦੇ ਨੇ ਫਿਰ ਉਹਨਾਂ ਨੇ ਇੱਕ ਗੱਲ ਕਹੀ कि देखो आजकल शांति ਦਾ ਸਮਾਂ ਹੈ ਹੂੰ ਕੋਈ ਲੜਾਈ ਝਗੜਾ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਲੈਕ ਹੋ ਜਾਓ ਸਲੈਕ ਮਾਣਾ ਢਿੱਲੇ ਹੋ ਜਾਓ ਹਾਂ 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 ਬਲਕੇ ਪੀਸ ਇਜ਼ ਟੂ ਗੈਟ ਰੈਡੀ ਫॉर ਵਾਰ ਸੁਣਿਆ ਜਦੋਂ ਸ਼ਾਂਤੀ ਆ ਤੇ ਆਪਣੀ ਤਿਆਰੀ ਕਰਕੇ ਰੱਖੋ ਕਿਉਂਕਿ ਕਦੀ ਵੀ ਤੁਹਾਡੇ ਉੱਪਰ ਅਟੈਕ ਹੋ ਸਕਦਾ ਹੈ ਮਤਲਬ ਤੁਹਾਡੇ ਨਾਲ ਕਦੀ ਵੀ ਕੋਈ ਕਨਫਲਿਕਟ ਹੋ ਸਕਦੀ ਹੈ ਤੇ ਉਸ ਵੇਲੇ ਇਹ ਗੱਲ ਸੀ ਅਜੇ ਉਸ ਵੇਲੇ ਕੋਈ ਲੜਾਈ ਨਹੀਂ ਸੀ ਲੇਕਿਨ ਅੱਜ ਦੀ ਦੁਨੀਆ 'ਚ ਹਮ ਹੁਣ ਸਾਡੇ ਜਿੰਨੇ ਭੈਣ ਭਰਾ ਭੈਣਾ ਵੀ ਹੁਣ ਤੇ ਅੱਜਕੱਲ ਫੋਰਸਿਸ 'ਚ ਹੈਗੀਆਂ ਜੀ ਪਰ ਭੈਣਾ ਥੋੜੀਆਂ ਹੀ 9 10 ਲੱਖ ਤੇ ਆਪਣੇ ਆਰਮੀ ਦੇ ਲੋਕ ਨੇ 12 ਲੱਖ ਹੂੰ ਹੂੰ ਔਰ ਉਹ ਤੋਂ ਇਲਾਵਾ ਨੇਵੀ ਦੇ 에어 ਫੋਰਸ ਦੇ ਸਭ ਹੈਗੇ ਨੇ ਔਰ ਬਾਰਡਰ ਸਿਕਿਉਰਿਟੀ ਫੋਰਸ ਹੈ ਦੂਸਰੀ ਫੋਰਸੇਸ ਹੈ ਗਿਆ ਤੇ ਉਹ ਸਦਾ ਮਤਲਬ ਅਜਕਲ ਬਾਰਡਰਸ ਤੇ ਤੁਹਾਨੂੰ ਪਤਾ ਹੀ ਉਧਰ ਚਾਈਨਾ ਦੇ ਨਾਲ ਕੁਝ ਨਾ ਕੁਝ ਉਧਰ ਪਾਕਿਸਤਾਨ ਦੇ ਨਾਲ ਕੁਛ ਨਾ ਕੁਛ ਹੋਰ ਵੀ ਕਿਸੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਤੇ ਇਸ ਕਰਕੇ ਜਿਸ ਤਰ੍ਹਾਂ ਮਿਲਟਰੀ ਦੇ ਲੋਕਾਂ ਨੂੰ ਸਦਾ ਤਿਆਰ ਰਹਿਣਾ ਪੈਂਦਾ ਹੈ ਤੇ ਇਸੇ ਤਰ੍ਹਾਂ ਹੀ ਹੁਣ ਇਸ ਵੇਲੇ ਦੁਨੀਆ 'ਚ ਦੁੱਖ ਹੋ ਰਾਂ ਸ਼ਾਂਤੀ ਬਹੁਤ ਹੈ। ਹੋਰ ਤੁਹਾਡੇ ਕੋਲ ਉਹਦਾ ਇਲਾਜ ਹੈ। ਇਸ ਕਰਕੇ ਤੁਹਾਨੂੰ ਕੋਈ ਆ ਕਰਕੇ ਕਿਸੇ ਵੀ ਵੇਲੇ ਤੁਹਾਡੇ ਦਰਵਾਜ਼ਾ ਖੜਕਾਏ ਘੰਟੀ ਬਜਾਏ ਤੇ ਉਸ ਵੇਲੇ ਤੁਸੀਂ ਉਹਨਾਂ ਦੀ ਸੇਵਾ ਵਾਸਤੇ ਸਦਾ ਤਿਆਰ ਐਵਰੀ ਐਵਰੀ ਰੈਡੀ ਬੋਲਦੇ ਹਾਂ ਜੀ ਤੇ ਮਤਲਬ ਭਾਵਾਰ ਤੁਸੀਂ ਸਾਨੂੰ ਦੱਸਿਆ ਐਵਰੀ ਰੈਡੀ ਹੋਰ ਦੂਸਰਾ ਤੁਹਾਡੇ ਉਸ ਗੱਲ ਦਾ ਵੀ ਮੈਂ ਜਵਾਬ ਦੇ ਦਿਆਂ ਜੀ ਕਿ ਸਮਝੋ ਤੁਸੀਂ ਅਗਰ ਨਿਰੰਤਰ ਬਾਬਾ ਦੀ ਯਾਦ ਚ ਮਨ ਲਗਾ ਕੇ ਹਮਮ ਔਰ ਆਪਣਾ ਯੋਗ ਯੁਕਤ ਹੋ ਕੇ ਚੱਲ ਰਹੇ ਹੋ ਹਮ ਔਰ ਤੁਹਾਨੂੰ ਇੱਕ ਇਹੋ ਜਿਹਾ ਟਾਈਮ ਆ ਜਾਂਦਾ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਇਹ ਸਰੀਰ ਮੇਰਾ ਕੰਮ ਨਹੀਂ ਕਰ ਰਿਹਾ ਜਾਂ ਮੈਨੂੰ ਸਰੀਰ ਤੋਂ ਅਲੱਗ ਹੋਣ ਦੀ ਜ਼ਰੂਰਤ ਹੈ ਹਮ 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 ਤੇ ਖੁਸ਼ੀ-ਖੁਸ਼ੀ ਉਸ ਵੇਲੇ ਸਰੀਰ ਤੋਂ ਨਿਆਰੇ ਹੋਣ ਦਾ ਤਰੀਕਾ ਇਹ ਹੈ ਆਪਣੇ ਆਪ ਨੂੰ ਯਾਦ ਦਿਲਾਉਣਾ ਕਿ ਮੈਂ ਤੇ ਆਤਮਾ ਅਵਿਨਾਸ਼ੀ ਹੈ। ਹੂੰ। ਔਰ ਬਾਬਾ ਮੇਰੇ ਕੋਲ ਪਤਾ ਨਹੀਂ ਹੁਣ ਹੋਰ ਕਿੱਥੇ ਸੇਵਾ ਕਰਾਉਣਾ ਚਾਹੁੰਦਾ ਈ। ਹੂੰ। ਉਹਦੇ ਵਾਸਤੇ ਮੈਂ ਸਦਾ ਤਿਆਰ ਹਾਂ। ਮਤਲਬ ਉਹ ਇੱਕ ਸਥਿਤੀ ਬਣਾਉਣਾ ਪਊਣੀ ਆਪਣੀ ਸਥਿਤੀ, ਮਾਨਸਿਕ ਸਥਿਤੀ ਜਿਹੜੀ। ਹਾਂ। ਇਸ ਕਰਕੇ ਜੋ ਈਸ਼ਵਰੀ ਯਾਦ ਚ ਰਹਿੰਦੇ ਨੇ ਉਹ ਜਦੋਂ ਸਰੀਰ ਛੱਡਦੇ ਤਾਂ ਉਹਨਾਂ ਦੇ ਚਿਹਰੇ ਤੇ ਮੁਸਕਾਨ ਹੁੰਦੀ ਹੈ। ਹੂੰ। बस ਇ ਇਤਨੀ ਸਮਝ ਜਾਓ ਤੁਸੀਂ। ਤਾਂ ਉਹ ਸਥਿਤੀ ਐਵਰੀ ਰੈਡੀ ਰਹਿਣੇ ਦੀ ਸਥਿਤੀ ਵਾਸਤੇ ਸਾਨੂੰ ਕੀ ਪ੍ਰਸ਼ਾਰਥ ਕਰਨਾ ਪਊਗਾ? ਬਾਬਾ ਦੀ ਯਾਦ ਮਨ ਲਗਾ ਕੇ ਔਰ ਆਪਣੇ ਸੋਲ ਕੌਨਸ਼ੀਅਸਨੈਸ ਨੂੰ ਕੀ ਕਹਿੰਦੇ ਇਹਨੂੰ ਆਤਮ ਸਵਰੂਪ ਦੀ ਸਥਿਤੀ ਨੂੰ ਨੇਚਰਲ ਬਣਾਓ। ਕੀ ਆ ਥੋੜਾ ਜਿਹਾ ਅਭਿਆਸ ਅਨੁਕਰਵਾ ਸਕਦੇ ਤੁਸੀਂ ਅਭਿਆਸ ਚਲਦਾ ਹੀ ਰਹਿੰਦਾ ਹੈ ਨਾ ਇਹਦੇ ਵਾਸਤੇ ਤੇ ਕੋਈ ਉੱਠਦੇ ਬੈਠਦੇ ਚਲਦੇ ਫਿਰਦੇ ਇਹ ਥੋੜਾ ਆਪਣੇ ਆਪ ਨੂੰ ਯਾਦ ਦਿਲਾਉਣ ਦਾ ਤਰੀਕਾ ਹੀ ਮੈਂ ਆਪਣਾ ਅਨੁਭਵ ਤੁਹਾਨੂੰ ਪਹਿਲੇ ਵੀ ਦੱਸੋ ਨਾਇਆ ਸੀ ਕਿ ਮੈਂ ਜਦੋਂ ਆਪਣੇ ਰੂਮ ਤੋਂ ਪਹਿਲੇ ਤੇ ਸਵੇਰੇ ਉੱਠਦੇ ਬਾਬੇ ਨੂੰ ਇਸ ਤਰ੍ਹਾਂ ਦੇਖ ਕਰਕੇ ਗੁੱਡ ਮਾਰਨਿੰਗ ਬਾਬਾ ਔਰ ਫਿਰ ਯਾਦ ਆ ਜਾਂਦਾ ਕੌਣ ਕਰ ਰਿਹਾ ਗੁੱਡ ਮਾਰਨਿੰਗ ਮੈਂ ਆਤਮਾ ਕਰ ਰਹੀ ਹਾਂ ਔਰ ਫਿਰ ਇਸੇ ਤਰ੍ਹਾਂ ਹੀ ਮੁਰਲੀ ਪੜੀ ਰਹੀ ਹੈ ਤੇ ਕੌਣ ਸੁਣਾ ਰਹੀ ਹੈ ਸਾਨੂੰ ਕਿਹਨੂੰ ਸੁਣਾ ਰਹੀ ਹੈ ਔਰ ਬਾਬਾ ਬਾਰ ਬਾਰ ਕਹਿੰਦਾ ਹੈ ਆਤਮਾ ਨੂੰ ਸੁਣਾ ਰਹੇ ਨੇ ਫਿਰ ਹੈ ਜਦੋਂ ਅਸੀਂ ਆਪਣੇ ਰੂਮ ਤੋਂ ਬਾਹਰ ਨਿਕਲਦੇ ਹਾਂ ਕਾਟੇਜ ਤੋਂ ਬਾਹਰ ਜਾਂਦੇ ਹਾਂ ਕਰੋਂ ਬਾਹਰ ਜਾਣਾ ਹੀ ਤੇ ਉਸ ਵੇਲੇ ਵੀ 바ਵਾ ਤੋਂ ਲੋਕ ਸਮੇ ਦੇ 바ਵਾ ਤੋਂ ਛੁੱਟੀ ਲੈ ਕੇ ਜਾ ਰਹੇ ਐ ਛੁੱਟੀ ਨਹੀਂ ਲੈਂਦੇ 바ਵਾ ਨੂੰ ਆਪਣਾ ਸਾਥੀ ਬਣਾ ਕੇ ਨਾਲ ਲੈ ਕੇ ਜਾਣੇ ਆ 바ਵਾ ਚਲੋ ਇੱਕ ਕੰਮ ਹੈਗਾ ਹੀ ਹੂੰ ਹੂੰ ਸਾਥ ਚਲੋ ਬਸ ਕਿ 바ਵਾ ਸਾਥ ਹੈ ਤੇ ਤੁਹਾਨੂੰ ਇਹ ਫੀਲ ਨਹੀਂ ਹੋਏਗਾ ਕਿ ਤੁਸੀਂ ਇਕੱਲੇ ਹੈਗੇ ਹੋ। ਔਰ ਦੂਸਰਾ ਹੈ ਇਹ ਖਿਆਲ ਚ ਰਹੇਗਾ ਕਿ 바ਵਾ ਮੈਨੂੰ ਗਾਈਡ ਕਰਦਾ ਰਹੇਗਾ। ਤੇ ਮੇਰੇ ਕੋਲੋਂ ਕੋਈ ਵੀ ਪੁੱਲ ਚੁੱਕ ਨਹੀਂ ਹੋਏਗੀ। ਤੇ ਇਹ ਬੜਾ ਸਹਿਜਾ ਤਰੀਕਾ ਹੈਗਾ। ਇਹਦੇ 'ਚ ਕੋਈ ਮਿਹਨਤ ਨਹੀਂ ਹੈ। ਹਮਮ ਸ਼ਾਇਦ ਆਹੀ ਬ੍ਰਹਮ ਕੁਮਾਰੀ ਦੇ ਇਸ ਆ ਯੋਗ ਨੂੰ ਸਹਿਜ ਰਾਜ ਯੋਗ ਬੋਲਤੇ। ਸਹਿਜ ਮਾਨ ਨੈਚੁਰਲ ਜੋ ਨੈਚੁਰਲ ਹੋਵੇ ਨੈਚੁਰਲ ਤੇ ਨੈਚੁਰਲ ਚੀਜ਼ ਤੇ ਸਹਿਜ ਹੀ ਹੁੰਦੀ ਹੈ ਹਮ ਇਸ ਕਰਕੇ ਆਪਣੇ ਆਪ ਨੂੰ ਸਦਾ ਲਾਈਟ ਰੱਖੋ ਇਹ ਉੜਦੀ ਕਲਾ ਜੇ ਹੁੰਦੀ ਉਹ ਉਹੀ ਇੱਕ ਇਹ ਗੱਲ ਹੁੰਦੀ ਲਾਈਟ ਰੱਖਣਾ ਲਾਈਟ ਸਦਾ ਹੀ ਲਾਈਟ ਹੁੰਦੀ ਆ ਤੋੜ ਸਕਦੀ ਆ ਨਾ ਤੋੜ ਸਕਦੀ ਉੜਦੀ ਕਲਾ ਦਾ ਮਤਲਬ ਹੈ ਕਿ ਤੁਹਾਡੀ ਸਪੀਡ ਜਿਹੜੀ ਹੈ ਉਹ ਫਾਸਟ ਹੋਏ ਉੜਦੀ ਕਲਾ ਹੁਣ ਇੱਕ ਕਲਾ ਹੈ ਪੈਦਲ ਚਲਦੇ ਹੋ ਤੇ ਤਾਂ ਤੁਸੀਂ ਡਿਸਟੈਂਸ ਕਿਤਨਾ ਕਵਰ ਕਰ ਸਕਦੇ ਹੋ 1 ਘੰਟੇ ਚ ਹੂੰ ਤੁਸੀਂ ਬੈਲ ਗਾੜੀ 'ਚ ਬੈਠ ਕਰਕੇ ਚੱਲਦੇ ਹੋ ਜਾਂ ਘੋੜੇ ਗਾੜੀ ਤੇ ਬੈਠ ਕਰ ਜਾਂਦੇ ਹੋ ਤੇ ਉਹਦੇ 'ਚ ਸਪੀਡ ਕਿੰਨੀ ਰਹਿੰਦੀ ਹੈ ਫਿਰ ਕਾਰ 'ਚ ਬੈਠਦੇ ਹੋ ਵੈਸੇ ਸਾਈਕਲ ਵੀ ਹੁੰਦਾ ਈ ਮੋਟਰਸਾਈਕਲ ਵੀ ਹੁੰਦਾ ਈ ਜੀ ਜੀ ਤੇ ਇਹ ਵੱਧਦੀ ਜਾਂਦੀ ਹੈ ਫਿਰ ਕਾਰ ਜਦੋਂ ਚੱਲਦੀ ਹੈ ਤੇ ਉਹਦੀ ਸਪੀਡ ਆਪਣੀ ਰਹਿੰਦੀ ਹੈ ਹੂੰ ਫਿਰ ਪਲੇਨ 'ਚ ਬੈਠੋ ਤੇ ਉੜਦੀ ਕਲਾ ਉੜਦੀ ਕਲਾ ਉੜ ਕਰਕੇ ਜਾਂਦੇ ਨਾ ਤੇ ਜਲਦੀ ਪਹੁੰਚਦੇ ਜਲਦੀ ਪਹੁੰਚ ਜਾਂਦੇ ਉਹੀ ਅਗਰ ਹੁਣ ਜਿਸ ਤਰ੍ਹਾਂ ਰੌਕਟ ਚ ਜਾਂਦੇ ਆ hm ਇਤਨੀ ਦੂਰ ਤਾਈਂ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਇਹ ਤੁਸੀਂ ਥੋੜਾ hm ਇਮੇਜਿਨੇਸ਼ਨ ਦਾ ਵੀ ਥੋੜਾ ਲਾਭ ਲਿਆ ਕਰੋ ਜੀ ਕਿ ਉੜਦੀ ਕਲਾ ਦਾ ਮਤਲਬ ਹੀ ਹੈ ਕਿ ਆਤਮਾ ਵਿਦਿਨ ਨੋ ਟਾਈਮ ਇੱਕ ਸੈਕਿੰਡ ਚ ਉੜ ਕਰਕੇ ਚਲੀ ਜਾਏ ਔਰ ਉਹਦਾ ਆਧਾਰ ਹੈ ਉਹਦਾ ਫਿਊਲ ਕੌਣ ਹੈ ਆਪਣਾ ਸੰਕਲਪ ਕਿਉਂਕਿ ਮੈਂ ਉਸ ਉਸ ਹਿਸਾਬ ਤੇ ਤੁਹਾਡਾ ਸੰਕਲਪ ਜਿਹੜਾ ਹੈ ਉਹਦੇ ਤੇ ਸਾਰਾ ਡਿਪੈਂਡ ਕਰਦਾ ਈ ਕਿ ਤੁਸੀਂ ਅਗਰ ਜਾਣਾ ਈ ਕਿਤੇ ਤੇ ਉਹਦਾ ਸੋਚਦੇ ਹੋ ਨਾ ਉਹਨੂੰ ਜੀ ਜੀ ਵਿਜ਼ੂਅਲਾਈਜ਼ ਕਰਦੇ ਹੋ ਇਮੇਜਿਨ ਕਰਦੇ ਹੋ ਸਭ ਹੁੰਦਾ ਈ ਹੂੰ 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 ਇਹਦੇ ਵਾਸਤੇ ਫਿਰ ਤੁਹਾਨੂੰ ਇੱਕ ਬੜਾ ਸਹਿਜ ਜਿਹਾ ਤਰੀਕਾ ਦੱਸਿਆ ਸੀ ਪਹਿਲੇ ਵੀ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਫੋਨ ਤੇ ਗੱਲ ਕਰਦੇ ਹੋ ਜੀ ਸਮਝੋ ਹੁਣ ਕੋਈ ਪੰਜਾਬ ਚ ਕੋਈ ਭਾਈ ਆ ਭੈਣ ਹੈਗੇ ਆ ਉਹਨਾਂ ਦਾ ਫੋਨ ਆ ਜਾਏ ਤੁਸੀਂ ਗੱਲ ਕਰ ਦਿਓ ਹਮ ਤੇ ਪਹਿਲੇ ਤੇ ਹੈਲੋ ਹੈਲੋ ਗੱਲ ਹੋਏਗੀ اچھا ਕੌਣ ਬੋਲ ਰਹੇ ਨੇ اچھا ਫਿਰ ਦੱਸੋ ਹੋਰ ਕੀ ਹਾਲ ਹੈ ਔਰ ਇਥੋਂ ਤਾਈਂ ਤੇ ਤੁਹਾਨੂੰ ਇਹ ਯਾਦ ਰਹੇਗਾ ਕਿ ਤੁਸੀਂ ਆਬੂ ਰੋਡ ਬੈਠੇ ਹੋ ਹਮ ਉਹ ਪੰਜਾਬ ਚ ਬੈਠੇ ਉਸ ਤੋਂ ਬਾਅਦ ਫਿਰ ਜਦੋਂ ਪਿਆਰ ਵਰੀ ਈਸ਼ਵਰੀ ਗਿਆਨੀ ਕੋਈ ਗੱਲ ਕਰਨ ਲੱਗ ਪਏ ਹੂੰ ਔਰ ਉਹ ਗੱਲਾਂ ਚ ਥੋੜੀ ਗਹਿਰਾਈ ਚ ਚਲੇ ਗਏ ਤੇ ਤੁਹਾਨੂੰ ਇਹ ਭੁੱਲ ਜਾਏਗਾ ਕਿ ਤੁਸੀਂ ਕਿੱਥੇ ਬੈਠੇ ਹੋ ਜੀ 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 ਹੂੰ ਹੂੰ ਤੇ ਉਹ ਤੁਹਾਡਾ ਜਿਹੜਾ ਸੰਕਲਪ ਹੈ ਵਿਚਾਰ ਹੈ ਉਹਦੀ ਸਪੀਡ ਤੇ ਚੱਲ ਰਹੇ ਹੋ ਫਿਰ ਤੁਸੀਂ ਹੂੰ ਬਿਲਕੁਲ ਇਸ ਕਰਕੇ ਕਹਿੰਦੇ ਆ कि ਜਿਸ ਨਾਲ ਗੱਲ ਕਰਦੇ ਨਾ ਉਹ ਇਸ ਥਾਟ ਅਵੇ ਜਸਟ ਥਾਟ ਅਵੇ ਜੀ ਤੇ ਪਰਮਾਤਮਾ ਦੇ ਨਾਲ ਵੀ ਜਦੋਂ ਅਸੀਂ ਕਮਿਊਨੀਕੇਟ ਕਰਦੇ ਆਂ ਤੇ ਕਿੰਨੀ ਧੀਰ ਲੱਗਦੀ ਹੈ ਜਸਟ ਅ ਥਾਟ ਅਵੇ ਆਪਣੇ ਵਿਚਾਰ ਤੇ ਉੱਪਰ اور بابا ਤਾਂ ਬੜਾ ਪਿਆਰ ਨਾਲ ਕਹਿੰਦੇ ਆ ਬਸ ਬੱਚੇ ਦਿਲੋਂ ਕੋ ਬਾਬਾ ਵੈਸੇ ਤੇ ਕਈ ਅਲੱਗ-ਅਲੱਗ ਤਰੀਕੇ ਨਾਲ ਕਹਿੰਦੇ ਆ ਪਿਆਰੇ ਬਾਬਾ ਮੀਠੇ ਬਾਬਾ ਰਹਿਮ ਦਿਲ ਬਾਬਾ ਕਈ ਇਸ ਤਰ੍ਹਾਂ ਅਲੱਗ-ਅਲੱਗ ਤਰੀਕੇ ਨਾਲ ਬੋਲਦੇ ਨੇ ਪਰ ਬਾਬਾ ਨੇ ਬੜਾ ਸਿੱਧਾ ਕਹਿਤਾ ਇਤਨੀ ਦੂਰ ਇਤਨੇ ਸ਼ਬਦਾਂ ਦੀ ਰੁਕਾਵਟ ਕਿਉਂ ਲਿਆ ਰਹੇ ਹੋ ਜਿਗਰੀ ਦਿਲੋਂ ਕਹੋ ਵਾ ਵਾ ਬਸ ਹਮਮ ਬਾਬਾ ਕਿਹਾ ਤੇ ਬਾਬਾ ਦੇ ਕੋਲ ਪਹੁੰਚ ਗਏ ਜਾਂ ਬਾਬਾ ਤੁਹਾਡੇ ਕੋਲ ਪਹੁੰਚ ਗਿਆ ਹਮ ਕਿੰਨਾ ਟਾਈਮ ਲੱਗਦਾ ਉਹਦੇ ਚ ਬਲੇ ਸਾਰੀ ਗੱਲ ਨਾ ਡਿਪੈਂਡ ਕਰਦੀ ਸਾਡੇ ਸੰਕਲਪ ਤੇ ਸਾਰੀ ਸ੍ਰਿਸ਼ਟੀ ਸੰਕਲਪ ਤੇ ਬਣੀ ਹੈ ਨਾ ਸਾਰੀ ਸ੍ਰਿਸ਼ਟੀ ਦੀ ਸੰਕਲਪਨਾਰ ਉਹ ਕਹਿੰਦੇ ਹੀ ਹੈ ਪਰਮਾਤਮਾ ਨੇ ਸੰਕਲਪ ਕੀਤਾ ਤੇ ਸ੍ਰਿਸ਼ਟੀ ਰਚੀ ਹਮ ਸਾਰੇ ਧਰਮਾਂ ਜੇ ਮੰਨਦੇ ਨੇ ਉਹ ਹੁਣ ਸਾਨੂੰ ਸਮਝ ਆਉਂਦਾ ਹੀ ਕਿ ਸ੍ਰਿਸ਼ਟੀ ਤੇ ਜਿਸ ਤਰ੍ਹਾਂ ਪਰਮਾਤਮਾ ਅਨਾਦੀ ਅਵਿਨਾਸ਼ੀ ਹੈ ਤੇ ਉਹਨਾਂ ਦੀ ਰਚਨਾ ਵੀ ਅਨਾਦੀ ਅਵਿਨਾਸ਼ੀ ਹੈ ਆਤਮਾ ਵੀ ਅਨਾਦੀ ਅਵਿਨਾਸ਼ੀ ਹੈ ਔਰ ਫਿਰ ਇਹ ਜਿਹੜਾ ਸ੍ਰਿਸ਼ਟੀ ਰੰਗਮੰਚ ਹੈ ਜਿੱਥੇ ਬਾਟ ਵਜਾਉਣ ਵਾਸਤੇ ਆਤਮਾ ਆ ਕਰਕੇ ਆਪਣਾ ਬਾਟ ਵਜਾਉਂਦੀ ਹੈ ਤੇ ਇਹ ਰੰਗਮੰਚ ਵੀ ਅਨਾਦੀ ਹੈ ਵਿਨਾਸ਼ੀ ਹੈ ਇਸ ਚੀਜ਼ ਨੂੰ ਅਗਰ ਕੋਈ ਸਮਝ ਜਾਏ ਤੇ ਦਿਲੋਂ ਡਰ ਨਿਕਲ ਜਾਏ ਇਹ ਜਿਹੜਾ ਡਰ ਰਹਿੰਦਾ ਨਾ ਅਰੇ ਕੀ ਹੋਗਾ ਇਹ ਹੋ ਜਾਏਗਾ ਉਹ ਹੋ ਜਾ ਕੁਛ ਨਹੀਂ ਹੂੰ ਡਰਨ ਦੀ ਕੀ ਗੱਲ ਹੈ ਜੋ ਹੋਗਾ ਉਹਦੇ ਚ ਕਲਿਆਣ ਹੋਏਗਾ ਜੀ ਭਾਈ ਸਾਹਿਬ ਅੱਜ ਤੁਸੀਂ ਐਵ ਰੈਡੀ ਦੇ ਬਾਰੇ ਚ ਮਤਲਬ ਅਚਾਨਕ ਉਹੀ ਇੱਕ ਗਹਿਰਾਈ ਗੱਲ ਦਸੀਗੀ ਸਾਨੂੰ ਕੁਝ ਜਿੱਦਾਂ ਇਦਾਂ ਸੋਚੇਗੀ ਹਾਂ ਅਸੀਂ रेडी ਰਹੀਏ ਜਦ ਵੀ ਸ਼ਰੀਰ ਛੱਡਣਾ ਉਹਨੂੰ ਐਵਰ ਰੈਡੀ ਬੋਲਦੇ ਲੇਕਿਨ ਤੁਸੀਂ ਇਹਦੀ ਅਲੱਗ ਹੀ ਡੈਫੀਨੇਸ਼ਨ ਦਿੱਤੀ ਦਸੀ ਨਾਲੇ ਤੇ ਇੱਕ ਪ੍ਰੈਕਟੀਕਲ ਵੀ ਇੱਕ ਅਨੁਭਵ ਸੁਣਾਇਆ ਕਿ ਤੁਸੀਂ 바ਵਾ ਦੇ ਸਮੇਂ ਤੇ ਬਾਰੇ ਜਦ ਦੱਸਿਆ ਕਿ ਐਵਰ ਰੈਡੀ ਕੀ ਹੁੰਦਾ ਤੁਸੀਂ ਅੱਜ ਬਹੁਤ ਹੀ ਅੱਛੀ ਗੱਲਾਂ ਦਸੀ ਤਾਂ ਨਾਲੇ ਅਗਲੇ ਬਹੁਤ ਬੜੀ 바ਵਾ ਦੀਆਂ ਕਈ ਇਹੋ ਜਿਹੀਆਂ ਹੱਸੀ ਵਾਲੀਆਂ ਗੱਲਾਂ ਵੀ ਹੈਗੀਆਂ ਸੀ ਬਾਬਾ ਸਮਝੋ ਕਲਾਸ ਚ ਬੱਚਿਆਂ ਨੂੰ ਕਹਿੰਦਾ ਹੀ ਜੀ ਬੱਚੇ ਤੁਸੀਂ ਐਵਰ ਰੈਡੀ ਰਹਿਣਾ ਹੀ ਇੱਕ ਇੱਕ ਛੋਟੀ ਜੀ 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 ਸੀਨ ਮੈਨੂੰ ਯਾਦ ਆ ਰਹੀ ਤੇ ਸਾਡੀ ਇੱਕ ਦਾਦੀ ਬੰਬੇ ਤੋਂ ਸ਼ੀਲਿੰਦਰਾ ਦਾਦੀ ਜੀ ਤੇ ਉਹ ਜਦੋਂ ਆਉਂਦੀ ਜਾਂਦੀ ਸੀ ਤੇ ਬਾਬਾ ਉਹਦੇ ਵਾਸਤੇ ਖਾਸ ਗੱਡੀ ਦਾ ਇੰਤਜ਼ਾਮ ਕਰਾਉਂਦੇ ਸੀ ਕਾਰ ਦਾ ਅੱਛਾ ਬਾਬਾ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਸ਼ਹਿਜ਼ਾਦੀ ਕਹਿ ਕਰਕੇ ਬੁਲਾਉਂਦੇ ਸੀ ਹਮਮ ਔਰ ਬੜਾਈ ਉਹਨਾਂ ਤੇ ਬਾਬਾ ਨੂੰ ਬਹੁਤ ਵਿਸ਼ਵਾਸ ਰਹਿੰਦਾ ਸੀ ਉਹ ਜਦੋਂ ਵੀ ਆਏਗੀ ਆਪਣੇ ਮధుਪਨ ਪਾਂਡਵਨ ਬਾਬਾ ਕੋਲ ਕੁਝ ਦਿਨ ਰਹੇਗੀ ਤੇ ਜਦੋਂ ਜਾਣ ਵਾਲੇ ਹੋਏ ਤੇ ਉਸ ਵੇਲੇ ਬਾਬਾ ਫਿਰ ਛੁੱਟੀ ਦੇਣ ਵਾਸਤੇ ਕਾਰ 'ਚ ਬਿਠਾਉਣਗੇ ਉਹਨੂੰ ਰਿਟਰਨ ਤੋਂ ਪਹਿਲੇ ਮੁੱਖ 'ਚ ਬਦਾਮ, ਮਿਸ਼ਰੀ ਔਰ ਅਲਿਚੀ ਉਹ ਟੋਲੀ ਉਹਨਾਂ ਨੂੰ ਖਿਲਾ ਕੇ ਗਲੇ ਲਗਾ ਕੇ ਫਿਰ ਛੁੱਟੀ ਦੇਣਗੇ ਹੂੰ ਹੂੰ ਔਰ ਜਾਣ ਵੇਲੇ ਰੁਮਾਲ ਹਿਲਾਉਣਗੇ ਜੀ ਤੇ ਉਹਨਾਂ ਦੀ ਕਾਰ ਐਸਟਰਾ ਟਰਨ ਹੋਈ ਤੇ ਉਹਨਾਂ ਨੂੰ ਕਿਹਾ ਥੋੜਾ ਰੁਕ ਜਾ ਐਵਰੀ ਡੀ ਦੀ ਗੱਲ ਕਰ ਰਹੇ ਜੀ ਜੀ ਤੇ ਇੱਕ ਸਾਡੀ ਹੋਰ ਪਹਿਨ ਡੈ ਗਈ ਸੀ ਸੋਸ਼ਲ ਵਰਕਰ ਦੀ ਤਰ੍ਹਾਂ ਹੈਗੀ ਸੀ ਉਹ ਆਪਣੇ ਆਪ ਨੂੰ ਕਾਂਗਰਸ ਦੀ ਵਰਕਰ ਸਮਝਦੀ ਸੀ ਅੱਛਾ ਉਹ ਵੀ ਬਹੁਤ ਮੰਗ ਚ ਤੇ ਬਾਬਾ ਨੇ ਕਿਹਾ ਹੁਣ ਦੇਖੋ ਮੈਂ ਉਹਦੇ ਵਾਸਤੇ ਹੁਣ ਕਰ ਕਿ ਬੱਚੀ ਸ਼ੀਲ ਜਾ ਰਹੀ ਹੈ ਬਾਬਾ ਦਾ ਵਿਚਾਰ ਹੈ ਕਿ ਇਹਨਾਂ ਦੇ ਨਾਲ ਤੁਸੀਂ ਵੀ ਜਾਓ। ਹੂੰ। ਤੇ ਦੋ ਕਪੜਾ ਲੈ ਕੇ ਆਓ ਆਪਣਾ। ਅੱਛਾ। ਮਤਲਬ ਹੈਵ ਆ ਰੈਡੀ ਦੀ ਗੱਲ। ਗੱਲ ਹੈ ਜੀ ਜੀ ਜੀ। ਤੇ ਜੀ ਬਾਬਾ ਗਈ। ਵਿਦਿਨ 5 ਮਿੰਟਸ ਉਹ ਵਾਪਸ ਆਈ। ਹੂੰ। ਪਰ ਉਸ ਤੋਂ ਪਹਿਲੇ ਬਾਬਾ ਦੇ ਕਾਰ ਨੂੰ ਭੇਜ ਦਿੱਤ। ਟੈਸਟ ਪੇਪਰ ਔਰ ਉਸ ਨੂੰ ਸ਼ਾਬਾਸ਼ ਦਿੱਤੀ ਕਿ ਦੇਖੋ ਇਹ ਬੱਚੀ ਕਿਤਨੀ ਐਵਰ ਰੈਡੀ ਹੈ ਉਹਨੂੰ ਖਾਸ ਕਰ ਐਵਰ ਰੈਡੀ ਜੀ ਭਾਈ ਸਾਹਿਬ ਬਹੁਤ ਅੱਛੀ ਤੁਹਾਡੇ ਵਰਗੇ ਤੋਂ ਗਿਆਨ ਦਾ ਖਜ਼ਾਨਾ ਭਰਿਆ ਵਰ ਪਰ ਸਮੇਂ ਇਦਾਂ ਹੁੰਦਾ ਕਿ ਉਹ ਪੂਰਾ ਗਿਆਨ ਖਤਮ ਹੀ ਨਹੀਂ ਹੋ ਪੰਦਾ ਔਰ ਬੈਨੂ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਐਸੇ ਵਿਅਕਤੀ ਨਾਲ ਬੈਠੇ ਹੋਏ ਕਿ ਅਨੁਭਵੀ ਹੈ ਗਿਆਨ ਦਾ ਖਜ਼ਾਨਾ ਧੀਰੇ ਧੀਰੇ ਭਰੇਗਾ ਚਾਹੇ ਥੋੜਾ ਟਾਈਮ ਲੱਗੂਗਾ ਪਰ ਆ ਜਰੂਰ ਜਾਊਗਾ ਤੁਹਾਡਾ ਖਜ਼ਾਨਾ ਸਾਡੇ ਕੋਲ ਤੁਹਾਡਾ ਬਹੁਤ ਬਹੁਤ ਧੰਨਵਾਦ